ਸਤਿ ਸ਼੍ਰੀ ਅਕਾਲ, ਪੰਜਾਬੀ ਰਸੋਈ ਵਿੱਚ ਆਪ ਦਾ ਸਵਾਗਤ ਹੈ। ਅੱਜ ਅਸੀਂ ਆਲੂ ਦੇ ਪਰੌਂਠੇ ਬਣਾਉਣ ਜਾ ਰਹੇ ਹਾਂ। ਇਹਨਾਂ ਨੂੰ ਬਣਾਉਣ ਲਈ ਅਸੀਂ ਲਵਾਂਗੇ 4 ਉਬਲੇ ਅਤੇ ਮਸਲੇ ਆਲੂ, 1 ਚਮਚ ਕਸੂਰੀ ਮੇਥੀ, 1 ਚਮਚ ਸੁੱਕਾ ਪੁਦੀਨਾ, 1 ਚਮਚ ਲਸਣ ਦੀ ਪੇਸਟ, 1 ਚਮਚ ਕੱਟਿਆ ਅਦਰਕ, ਸਵਾਦ ਅਨੁਸਾਰ ਕੱਟੀਆਂ ਹਰੀਆਂ ਮਿਰਚਾਂ, 1 ਚੁਟਕੀ ਹਿੰਗ, 1 ਬਰੀਕ ਕੱਟਿਆ ਪਿਆਜ਼, ਥੋੜ੍ਹਾ ਕੱਟਿਆ ਹਰਾ ਧਨੀਆ। ਆਲੂ ਅਤੇ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਲੈਂਦੇ ਹਾਂ। ਹੁਣ ਇਸ ਵਿੱਚ 1 ਚਮਚ ਸੁੱਕਾ ਧਨੀਆ, 1 ਚਮਚ ਗਰਮ ਮਸਾਲਾ, 1 ਚਮਚ ਲਾਲ ਮਿਰਚ, ਲੂਣ ਸਵਾਦ ਅਨੁਸਾਰ ਪਾ ਲੈਂਦੇ ਹਾਂ ਅਤੇ ਆਲੂਆਂ ਦੇ ਮਿਸ਼ਰਣ ਵਿੱਚ ਚੰਗੀ ਤਰ੍ਹਾਂ ਮਿਲਾ ਲੈਂਦੇ ਹਾਂ। ਤਵਾ ਗਰਮ ਹੋ ਗਿਆ ਹੈ, ਆਟਾ ਪਹਿਲਾਂ ਗੁੰਨ ਲਿਆ ਸੀ। ਗੁੰਨੇ ਹੋਏ ਆਟੇ ਨੂੰ ਥੋੜ੍ਹਾ ਜਿਹਾ ਤੇਲ ਲਗਾ ਕੇ ਨਰਮ ਕਰ ਲੈਂਦੇ ਹਾਂ ਅਤੇ ਇਸ ਦੇ ਪੇੜੇ ਬਣਾ ਲੈਂਦੇ ਹਾਂ। ਪੇੜੇ ਬਣਾਉਣ ਵਾਸਤੇ ਇਸਨੂੰ ਹੱਥਾਂ ਨਾਲ ਗੋਲ ਕਰ ਲੈਂਦੇ ਹਾਂ ਅਤੇ ਸੁੱਕਾ ਧੂੜਾ ਲਗਾ ਕੇ ਇਸ ਦੀ ਰੋਟੀ ਵੇਲ ਲੈਂਦੇ ਹਾਂ। ਰੋਟੀ ਬਹੁਤ ਵੱਡੀ ਨਹੀਂ ਵੇਲਣੀ। ਇਸ ਰੋਟੀ ਵਿੱਚ 2 ਚਮਚ ਆਲੂਆਂ ਦਾ ਮਿਸ਼ਰਣ ਪਾ ਕੇ ਇਸ ਦੇ ਕਿਨਾਰਿਆਂ ਨੂੰ ਚੰਗੀ ਤਰ੍ਹਾਂ ਬੰਦ ਕਰ ਲੈਂਦੇ ਹਾਂ। ਇਸ ਪੇੜੇ ਨੂੰ ਥੋੜ੍ਹਾ ਜਿਹਾ ਧੂੜਾ ਲਗਾ ਕੇ ਫਿਰ ਵੇਲ ਲੈਂਦੇ ਹਾਂ। ਨਾ ਬਹੁਤਾ ਮੋਟਾ ਵੇਲਣਾ ਹੈ ਅਤੇ ਨਾ ਬਹੁਤਾ ਪਤਲਾ ਵੇਲਣਾ ਹੈ। ਅਤੇ ਹੁਣ ਇਸ ਨੂੰ ਤਵੇ 'ਤੇ ਪਾ ਦਿੰਦੇ ਹਾਂ। ਥੋੜ੍ਹਾ ਜਿਹਾ ਸੇਕ ਕੇ ਇਸ ਦਾ ਪਾਸਾ ਪਲਟਾ ਦਿੰਦੇ ਹਾਂ ਅਤੇ ਫਿਰ ਇਸ 'ਤੇ ਥੋੜ੍ਹਾ ਜਿਹਾ ਤੇਲ ਲਗਾ ਕੇ ਫਿਰ ਇਸਨੂੰ ਤਲ ਲੈਂਦੇ ਹਾਂ। ਪਰੌਂਠਾ ਬਣ ਕੇ ਤਿਆਰ ਹੋ ਗਿਆ ਹੈ। ਅਸੀਂ ਬਾਕੀ ਪਰੌਂਠੇ ਵੀ ਇਸੇ ਤਰ੍ਹਾਂ ਤਲ ਕੇ ਬਣਾ ਲਵਾਂਗੇ। ਤੁਸੀਂ ਵੀ ਇਹ ਪਰੌਂਠੇ ਜ਼ਰੂਰ ਬਣਾਉਣਾ ਅਤੇ ਬਣਾ ਕੇ ਕਮੈਂਟ ਕਰਨਾ ਕਿ ਕਿਸ ਤਰ੍ਹਾਂ ਦੇ ਲੱਗੇ। ਵੀਡੀਓ ਨੂੰ ਸ਼ੇਅਰ ਕਰਨਾ, ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ।